29ਵਾਂ ਗੁਰਮਤਿ ਸਮਾਗਮ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਤੀਸਰੇ ਅਤੇ ਅੰਤਿਮ ਦਿਨ ਸੰਪੂਰਨ ਹੋ ਗਿਆ, ਜਿਸ ਵਿੱਚ ਅਲੱਗ ਅਲੱਗ ਰਾਗੀ ਕੀਰਤਨੀ ਜਥਿਆਂ ਵੱਲੋਂ ਹਿੱਸਾ ਲੈ ਕੇ ਕੀਰਤਨਕਾਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਤਾਬਿਆ ਹਾਜ਼ਰ ਹੋ ਗਏ ਨੇ। ਮਿਲ ਗਏ ਤੇ ਸੰਗਤ ਵੀ ਸਟੇਜ ਤੇ ਆ ਚੁੱਕੀ ਹੈ। ਮੈਂ ਉਹਨਾਂ ਨੂੰ ਬੇਨਤੀ ਮਿਲ ਗਏ ਦੀ ਸੰਗਤ ਵੀ ਸਨਮਾਨ ਕਰਨਾ ਚਾਹੁੰਦੀ ਹੈ। ਭਾਈ ਜਗਵਿੰਦਰ ਸਿੰਘ ਜੀ ਸੁਣ ਰਹੇ ਸੀਗਾ, ਕਿੰਨੇ ਵੀ ਉੱਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਤੇ ਜਦੋਂ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਇਆ, ਪ੍ਰਬੰਧਕ ਬੈਠੀ ਬੈਠੀ ਹੈ, ਜਥੇ ਸੋਹਣੀ ਸਾਹਿਬ ਦਾ ਐਡਾ ਵੱਡਾ ਉਪਰਾਲਾ ਹੈ, ਇਸ ਲਈ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਰਾਸ਼ਟਰੀ ਮਹਾਂਪਵਿੱਤਰ ਗੁਰਮਤਿ ਸਮਾਗਮ ਇਸ ਵਾਰੀ 29ਵੀਂ ਸਾਲ ਵਿੱਚ ਸੀ। 3 ਰੋਜ਼ਾ ਇਹ ਸਮਾਗਮ ਅੱਜ ਇਸ ਸਾਲ ਦੀ ਆਖਰੀ ਰਾਤ ਵਿੱਚ ਸੀ। ਅੱਜ ਤਾਂ ਸੰਗਤਾਂ ਦਾ ਬਹੁਤ ਭਾਰੀ ਇਕੱਠ, ਇੰਝ ਲੱਗਦਾ ਸੀ ਜਿਵੇਂ ਸਾਰਾ ਸਿੱਖ ਜਗਤ ਹੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਲਈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਣ ਗਾਇਨ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਆ ਗਿਆ ਹੋਵੇ। ਇਹਨਾਂ ਪ੍ਰੋਗਰਾਮਾਂ ਵਿੱਚ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਸਰਦਾਰ ਅਵਤਾਰ ਸਿੰਘ ਮੱਕੜ ਅਤੇ ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ। ਜਿੱਥੇ ਬਾਬਾ ਨਾਨਕ ਪਾਤਸ਼ਾਹ ਜੀ ਦਾ 550 ਸਾਲਾ, ਉੱਥੇ ਮਹਾਂਪੁਰਸ਼ ਬਾਬਾ ਆਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ, ਉਹਨਾਂ ਦੀਆਂ ਪਿਆਰੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ। ਨਮਸਕਾਰ ਹੈ ਉਹਨਾਂ ਸੰਗਤਾਂ ਦੇ ਚਰਨਾਂ 'ਤੇ ਜਿਹੜੀਆਂ ਸੰਗਤਾਂ ਇਸ ਪ੍ਰੋਗਰਾਮ ਦੀ ਰੌਣਕ ਵਧਾਉਣ ਵਾਸਤੇ ਅਤੇ ਸਾਡੀ ਝੋਲੀ ਵਿੱਚ ਸੇਵਾ ਪਾਉਣ ਵਾਸਤੇ ਪੁੱਜੀਆਂ ਨੇ, ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਨਾਲ ਮੇਰੇ ਸਹਿਯੋਗੀ SP ਖੁਰਾਣਾ ਜੀ, ਅਮਰੀਕ ਸਿੰਘ ਮਿੱਕੀ, ਸੰਦੀਪ ਸਿੰਘ ਧਵਨ, ਕਿਰਪਾਲ ਸਿੰਘ ਜੀ ਚੌਹਾਨ, ਹੋਰ ਸਾਰੇ ਸੇਵਾਦਾਰ ਖਲੋਤੇ ਨੇ, ਸਾਰਿਆਂ ਦਾ, ਮੀਡੀਏ ਦਾ ਵੀ ਬਹੁਤ ਧੰਨਵਾਦ ਹੈ ਜੇ ਅੱਜ ਗੁਰੂ ਘਰ ਏਡੀਆਂ ਰੌਣਕਾਂ ਲੱਗੀਆਂ ਨੇ, ਅਤੇ ਆਪ ਮੀਡੀਏ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਸੁਨੇਹਾ ਬਹੁਤ ਸੋਹਣੇ ਤਰੀਕੇ ਦੇ ਨਾਲ ਜੋ ਸੰਗਤਾਂ ਤੱਕ ਪਹੁੰਚਾਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਲੁਧਿਆਣਾ ਵਿਊ।